ਹਾਂਜੀ ਪਿਆਰੇ ਵਿਦਿਆਰਥੀਓ, ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ ਯੂਟਿਊਬ ਚੈਨਲ 'ਤੇ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਬੇਟਾ ਜਮਾਤ 10ਵੀਂ ਦੇ ਲਈ ਜੋ ਤੁਹਾਡੇ ਪੰਜਾਬੀ ਦੇ ਪੇਪਰ ਹੋਣੇ ਆ, ਪੰਜਾਬੀ ਪੇਪਰ ਏ ਅਤੇ ਵੀ, ਇਹਦੇ ਪ੍ਰਸ਼ਨ ਪੱਤਰ ਦੀ ਰੂਪ ਰੇਖਾ ਦੀ ਗੱਲ ਕਰਾਂਗੇ ਆਪਾਂ। ਕਿਹੜਾ ਪੇਪਰ ਕਿੰਨੇ ਅੰਕਾਂ ਦਾ ਆਏਗਾ, ਕਿਹੜੇ ਕਿਹੜੇ ਕੁਸ਼ਚਨ ਕਿੰਨੇ ਕਿੰਨੇ ਅੰਕ ਦੇ ਆਉਣਗੇ। ਤਾਂ ਕੁੱਲ ਅੰਕ ਪੰਜਾਬੀ ਪੇਪਰ ਏ ਲਈ 65 ਹੋਣਗੇ ਬੇਟਾ, 65 ਨੰਬਰ ਦਾ ਤੁਹਾਡਾ ਲਿਖਤੀ ਪੇਪਰ ਹੋਏਗਾ। ਪ੍ਰਸ਼ਨ ਪੱਤਰ ਦੇ ਵਿੱਚ ਕੁੱਲ 10 ਪ੍ਰਸ਼ਨ ਹੋਣਗੇ। ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 1 ਹੋਏਗਾ ਵੀ ਵਸਤੂਨਿਸ਼ਠ ਕਿਸਮ ਦਾ ਹੋਏਗਾ, ਜਿਹੜਾ ਕਿ ਕੁੱਲ 20 ਅੰਕ ਹੋਣਗੇ ਇਹਦੇ ਆਪਣੇ ਕੋਲ। ਤਾਂ ਭਾਗ ਊੜਾ ਹੋਏਗਾ ਵੀ ਇਹਦੇ ਵਿੱਚ ਆਪਣੇ ਕੋਲ ਸਾਹਿਤਮਾਲਾ ਦਾ। 10ਵੀਂ ਜਮਾਤ ਦੀ ਪੁਸਤਕ ਦੇ ਨਿਰਧਾਰਤ ਕਾਵਿ ਧਾਰਾਵਾਂ ਵਿੱਚੋਂ 2 ਪ੍ਰਸ਼ਨ ਅਤੇ ਵਾਰਤਕ ਭਾਗ ਦੇ ਵਿੱਚੋਂ 2 ਪ੍ਰਸ਼ਨ ਪੁੱਛੇ ਜਾਣਗੇ। ਭਾਗ ਆੜੇ ਦੇ ਵਿੱਚੋਂ ਜਿਹੜੀ ਤੁਹਾਡਾ ਕਹਾਣੀ ਭਾਗ ਹੈ ਉਹਦੇ ਵਿੱਚੋਂ 2 ਪ੍ਰਸ਼ਨ ਅਤੇ ਇਕਾਂਗੀ ਭਾਗ ਦੇ ਵਿੱਚੋਂ ਵੀ 2 ਪ੍ਰਸ਼ਨ ਪੁੱਛੇ ਜਾਣਗੇ, ਠੀਕ ਹੈ। 8 ਨੰਬਰ ਦਾ ਇਹ ਵਾਲਾ ਕੰਮ ਹੈਗਾ, 2-2 ਨੰਬਰ ਦੇ ਕੁਸ਼ਚਨ ਨੇ, 8 ਨੰਬਰ ਦਾ ਇਹ ਵਾਲਾ ਕੰਮ ਹੈਗਾ। ਨਾਵਲ ਦੇ ਵਿੱਚੋਂ 2 ਪ੍ਰਸ਼ਨ ਪੁੱਛੇ ਜਾਣਗੇ, ਇਹ ਵੀ 2-2 ਨੰਬਰ ਦੇ ਹੋਣਗੇ। 4 ਨੰਬਰ ਦਾ ਆਪਣੇ ਕੋਲ ਇਹ ਕੰਮ ਹੈਗਾ, ਯਾਨੀ ਕਿ ਭਾਗ ਜਿਹੜਾ ਆਪਣੇ ਕੋਲ ਊੜਾ ਆੜਾ ਈੜੀ ਹੈ, ਪ੍ਰਸ਼ਨ ਨੰਬਰ 1, ਇਹ ਸਾਡੇ ਕੋਲ 20 ਅੰਕਾਂ ਦਾ ਹੋਏਗਾ। ਆ ਦੇਖੋ ਨੀਚੇ ਲਿਖਿਆ ਵੀ ਹੈ ਇਹ ਸਾਰੇ ਪ੍ਰਸ਼ਨ 2-2 ਅੰਕਾਂ ਦੇ ਹੋਣਗੇ। ਪ੍ਰਸ਼ਨ ਨੰਬਰ 2, ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ, ਬੀਰ ਕਾਵਿ ਵਿੱਚੋਂ 2 ਕਾਵਿ ਟੁੱਟੇ ਦੇ ਕੇ ਕਿਸੇ ਇੱਕ ਦੇ ਪ੍ਰਸੰਗ ਸਹਿਤ ਵਿਆਖਿਆ ਲਿਖਣ ਲਈ ਕਹੀ ਜਾਏਗੀ। ਪ੍ਰਸੰਗ ਦੇ 2 ਅੰਕ ਨੇ ਅਤੇ ਵਿਆਖਿਆ ਦੇ 3 ਅੰਕ, ਯਾਨੀ ਕਿ ਇਹ ਵਾਲਾ ਪ੍ਰਸ਼ਨ ਆਪਣੇ ਕੋਲ ਕਿੰਨੇ ਨੰਬਰ ਦਾ ਹੋਏਗਾ ਪੁੱਤ? 5 ਨੰਬਰ ਦਾ। ਪ੍ਰਸ਼ਨ ਨੰਬਰ 3, ਕੋਈ 2 ਕਾਵਿ ਰਚਨਾਵਾਂ ਦੇ ਕੇ ਕਿਸੇ ਇੱਕ ਦਾ ਕੇਂਦਰੀ ਭਾਵ ਜਾਂ ਸਾਰ ਦੋਹਾਂ ਪੱਖਾਂ ਵਿੱਚੋਂ ਕੋਈ ਇੱਕ ਲਗਭਗ 40 ਕੁ ਸ਼ਬਦਾਂ ਵਿੱਚ ਲਿਖਣ ਲਈ ਕਿਹਾ ਜਾਏਗਾ, ਇਹ ਤੁਹਾਡੇ ਕੋਲ ਹੋਏਗਾ 4 ਨੰਬਰ ਦਾ ਪ੍ਰਸ਼ਨ। ਪ੍ਰਸ਼ਨ ਨੰਬਰ 4, ਸਾਹਿਤਮਾਲਾ 10ਵੀਂ ਜਮਾਤ ਦੀ ਜਿਹੜੀ ਤੁਹਾਡੀ ਪਾਠ ਪੁਸਤਕ ਦੇ ਲੇਖਾਂ ਵਿੱਚੋਂ ਕੋਈ 2 ਲੇਖ ਦੇ ਕੇ ਉਹਨਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 100 ਕੁ ਸ਼ਬਦਾਂ ਵਿੱਚ ਲਿਖਣ ਲਈ ਕਿਹਾ ਜਾਏਗਾ, ਇਹ ਆਪਣੇ ਕੋਲ ਹੋਏਗਾ ਬੇਟਾ 6 ਨੰਬਰ ਦਾ। ਪ੍ਰਸ਼ਨ ਨੰਬਰ 5 ਦੇ ਵਿੱਚ, ਲੇਖ ਦੇ ਅੰਤ ਵਿੱਚ ਦਿੱਤੇ ਗਏ ਅਭਿਆਸਾਂ ਵਿੱਚੋਂ 4 ਪ੍ਰਸ਼ਨਾਂ ਦੇ ਵਿੱਚੋਂ ਕੋਈ 2 ਪ੍ਰਸ਼ਨ ਤੁਸੀਂ ਕਰਨੇ ਹੋਣਗੇ, ਇਹ ਵੀ ਆਪਣੇ ਕੋਲ ਹੋਣਗੇ 4 ਅੰਕਾਂ ਦੇ। ਵੰਨਗੀ ਪੁਸਤਕ ਵਿੱਚੋਂ ਕੋਈ 2 ਕਹਾਣੀਆਂ ਦੇ ਕੇ ਉਹਨਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਕੁ ਸ਼ਬਦਾਂ ਵਿੱਚ ਲਿਖਣ ਦੀ ਕਿਹਾ ਜਾਏਗਾ, ਇਹ ਵੀ ਆਪਣੇ ਕੋਲ ਹੋਏਗਾ 6 ਅੰਕਾਂ ਦਾ। ਕਹਾਣੀਆਂ ਦੇ ਪਾਠ ਅਭਿਆਸਾਂ ਵਿੱਚੋਂ 4 ਪ੍ਰਸ਼ਨ ਦੇ ਕੇ ਕਿਸੇ 2 ਪ੍ਰਸ਼ਨਾਂ ਦੇ ਉੱਤਰ ਲਿਖਣ ਦੇ ਲਈ ਕਿਹਾ ਜਾਏਗਾ, ਇਹ ਆਪਣੇ ਕੋਲ ਹੋਣਗੇ ਪੁੱਤ 4 ਅੰਕਾਂ ਦੇ। ਹਾਂਜੀ ਅੱਗੇ ਦੇਖੋ ਪ੍ਰਸ਼ਨ ਨੰਬਰ 8, ਇਕਾਂਗੀਆਂ ਵਿੱਚੋਂ 2 ਪਾਤਰ ਦੇ ਕੇ ਕਿਸੇ ਇੱਕ ਦਾ ਪਾਤਰ ਚਿਤਰਨ ਲਗਭਗ 125 ਸ਼ਬਦਾਂ ਵਿੱਚ ਲਿਖਣ ਲਈ ਕਿਹਾ ਜਾਏਗਾ, ਇਹ ਸਾਡੇ ਕੋਲ ਹੋਏਗਾ 5 ਅੰਕਾਂ ਦਾ। ਪ੍ਰਸ਼ਨ ਨੰਬਰ 9, ਇਕਾਂਗੀਆਂ ਵਿੱਚੋਂ 2 ਵਾਰਤਾਲਾਪ ਦੇ ਕੇ ਹੇਠ ਦਿੱਤੇ 3 ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਿਹਾ ਜਾਏਗਾ, ਤਿੰਨੇ ਪ੍ਰਸ਼ਨ 1-1 ਅੰਕ ਦੇ ਹੋਣਗੇ, ਯਾਨੀ ਕਿ ਇਹ ਵਾਲਾ ਪ੍ਰਸ਼ਨ ਸਾਡੇ ਕੋਲ ਹੋਏਗਾ 6 ਨੰਬਰਾਂ ਦੇ। ਨਾਵਲ ਵਿੱਚੋਂ ਕੋਈ 3 ਪਾਤਰ ਦੇ ਕੇ ਕਿਸੇ ਇੱਕ ਦਾ ਪਾਤਰ ਚਿਤਰਨ 150 ਸ਼ਬਦਾਂ ਵਿੱਚ ਲਿਖਣ ਲਈ ਕਿਹਾ ਜਾਏਗਾ, ਇਹ ਪ੍ਰਸ਼ਨ ਹੋਏਗਾ ਬੇਟਾ ਆਪਣੇ ਕੋਲ 5 ਅੰਕਾਂ ਦਾ। ਠੀਕ, ਤਾਂ ਇਸ ਤਰੀਕੇ ਨਾਲ ਕੁੱਲ 65 ਅੰਕਾਂ ਦੀ ਜਿਹੜੀ ਤੁਹਾਡੇ ਅੰਕ ਵੰਡ ਹੈ ਉਹ ਪੇਪਰ ਦੀ ਕੀਤੀ ਗਈ ਹੈਗੀ। ਸਮਾਂ ਤੁਹਾਡੇ ਕੋਲ 3 ਘੰਟਿਆਂ ਦਾ ਹੋਏਗਾ। ਠੀਕ, ਇਹ ਸੀ ਪੰਜਾਬੀ ਪੇਪਰ ਏ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਪੰਜਾਬੀ ਪੇਪਰ ਬੀ। ਹਾਂਜੀ ਬੇਟਾ, ਜੇਕਰ ਪੰਜਾਬੀ ਪੇਪਰ ਬੀ ਦੀ ਗੱਲ ਕਰੀਏ ਪੁੱਤ, ਇਹ ਵੀ ਲਿਖਤੀ 65 ਅੰਕਾਂ ਦਾ ਹੋਏਗਾ, ਸਮਾਂ ਤੁਹਾਡੇ ਕੋਲ 3 ਘੰਟਿਆਂ ਦਾ ਹੋਏਗਾ। ਪ੍ਰਸ਼ਨ ਪੱਤਰ ਦੇ ਵਿੱਚ 12 ਪ੍ਰਸ਼ਨ ਪੁੱਛੇ ਜਾਣਗੇ ਵੀ। ਪ੍ਰਸ਼ਨ ਨੰਬਰ 1 ਵਸਤੂਨਿਸ਼ਠ ਕਿਸਮ ਦਾ ਹੋਏਗਾ, ਇਸ ਪ੍ਰਸ਼ਨਾਂ ਵਿੱਚੋਂ ਪ੍ਰਸ਼ਨ ਨੰਬਰ 7, 8, 9, 10, 11 ਅਤੇ 12 ਵਿੱਚੋਂ ਵਸਤੂਨਿਸ਼ਠ ਪ੍ਰਸ਼ਨ ਦੇ 10 ਪ੍ਰਸ਼ਨ ਪੁੱਛੇ ਜਾਣਗੇ, ਹਰੇਕ ਪ੍ਰਸ਼ਨ 1 ਅੰਕ ਦਾ ਹੋਏਗਾ, ਯਾਨੀ ਕਿ ਪਹਿਲਾ ਪ੍ਰਸ਼ਨ ਸਾਡੇ ਕੋਲ 10 ਅੰਕਾਂ ਦਾ ਹੋਏਗਾ। ਪ੍ਰਸ਼ਨ ਨੰਬਰ 2, ਕੋਈ 5 ਵਿਸ਼ੇ ਦੇ ਕੇ ਕਿਸੇ ਵਿਸ਼ੇ ਉੱਤੇ ਲਗਭਗ 400 ਸ਼ਬਦਾਂ ਲਈ ਲੇਖ ਲਿਖਣ ਲਈ ਕਿਹਾ ਜਾਏਗਾ,
ਤਿੰਨ ਅੰਕ ਵਿਸ਼ਾ ਵਸਤੂ ਦੇ ਹੋਣਗੇ। ਸੰਤ ਅੰਕ ਅੰਕ ਪ੍ਰਗਟਾ, ਵਿਸ਼ਾ ਵਸਤੂ ਦੀ ਤਰਤੀਬ, ਸਪਸ਼ਟਤਾ, ਸ਼ਬਦਾਵਲੀ, ਮੁਹਾਵਰੇ ਆਦਿ ਹਨ। ਯਾਨੀ ਕਿ ਕੁੱਲ ਮਿਲਾ ਕੇ ਜਿਹੜਾ ਸਾਡੇ ਕੋਲ ਲੇਖ ਰਚਨਾ ਹੈਗੀ ਤੁਹਾਡੀ 10 ਨੰਬਰ ਦੀ ਹੋਏਗੀ। ਪ੍ਰਸ਼ਨ ਨੰਬਰ 3, ਕੋਈ ਦੋ ਵਿਸ਼ੇ ਦੇਖ ਕੇ ਇੱਕ ਉੱਤੇ ਪੱਤਰ ਜਾਂ ਅਰਜ਼ੀ ਲਿਖਣ ਲਈ ਕਿਹਾ ਜਾਏਗਾ। ਦੋ ਅੰਕ ਆਰੰਭ ਦੇ, ਚਾਰ ਅੰਕ ਮੱਧ ਦੇ ਅਤੇ ਇੱਕ ਅੰਕ ਅੰਤ ਦਾ ਹੋਏਗਾ। ਯਾਨੀ ਕਿ 6 ਨੰਬਰਾਂ ਦਾ ਤੁਹਾਡੇ ਕੋਲ ਪੱਤਰ ਜਾਂ ਅਰਜ਼ੀ ਤੁਹਾਡੀ ਹੋਏਗੀ। ਪ੍ਰਸ਼ਨ ਨੰਬਰ 4, ਲਗਭਗ 150 ਸ਼ਬਦਾਂ ਦੇ ਇੱਕ ਪੈਰਾ ਦੇ ਕੇ ਉਸਨੂੰ ਇੱਕ ਤਿਹਾਈ ਸੰਖੇਪ ਕਰਨ ਦੇ ਲਈ ਕਿਹਾ ਜਾਏਗਾ। ਇਸ ਦਾ ਸਿਰਲੇਖ ਵੀ ਲਿਖਣਾ ਹੋਏਗਾ। ਸਿਰਲੇਖ ਦਾ ਇੱਕ ਅੰਕ ਹੋਏਗਾ, ਸੰਖੇਪ ਰਚਨਾ ਦੇ 5 ਅੰਕ ਹੋਣਗੇ। ਯਾਨੀ ਕਿ ਕੁੱਲ ਮਿਲਾ ਕੇ 6 ਅੰਕਾਂ ਦਾ ਆਪਣੇ ਕੋਲ ਇਹ ਹੋਏਗਾ। ਪਾਠ ਪੁਸਤਕ ਵਿੱਚ ਕੋਈ 6 ਮੁਹਾਵਰੇ ਦੇ ਕੇ ਕੋਈ 3 ਨੂੰ ਵਾਕਾਂ ਵਿੱਚ ਵਰਤਣ ਲਈ ਕਿਹਾ ਜਾਏਗਾ ਤਾਂ ਜੋ ਅਰਥ ਸਪਸ਼ਟ ਹੋ ਜਾਣ। ਠੀਕ ਹੈ, ਹਰੇਕ ਦੇ 2 ਅੰਕ ਹੋਣਗੇ, 6 ਅੰਕਾਂ ਦੇ ਆਪਣੇ ਕੋਲ ਮੁਹਾਵਰੇ ਆਉਣਗੇ। ਇੱਕ ਪੈਰਾ, ਅਜਿਹਾ ਪੈਰਾ ਜਾਂ ਕੁਝ ਵਾਕ ਦਿੱਤੇ ਜਾਣਗੇ ਜਿਨ੍ਹਾਂ ਵਿੱਚ 6 ਵਿਸ਼ਰਾਮ ਚਿੰਨ੍ਹ ਹੀ ਲੱਗ ਦੇ ਸਕਦੇ ਹੋਣ। ਢੁੱਕਵੇਂ ਵਿਸ਼ਰਾਮ ਚਿੰਨ੍ਹ ਲਾਉਣ ਲਈ ਕਿਹਾ ਜਾਏਗਾ। ਇਹ ਆਪਣੇ ਕੋਲ ਹੋਣਗੇ ਪੁੱਤ 3 ਅੰਕਾਂ ਦੇ। ਪ੍ਰਸ਼ਨ ਨੰਬਰ 7, ਇਹਦੇ 2 ਭਾਗ ਹੋਣਗੇ, ਊੜਾ ਅਤੇ ਆੜਾ। ਇਸ ਪ੍ਰਸ਼ਨ ਵਿੱਚ ਵਿਆਕਰਨ ਦੀ ਪਰਿਭਾਸ਼ਾ, ਮੰਤਵ, ਅੰਗ, ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ, ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਦੇ ਬਾਰੇ 2 ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ 4 ਨੰਬਰ ਦੇ। ਆੜੇ ਭਾਗ ਦੇ ਵਿੱਚ ਧੁਨੀ ਅਤੇ ਪੰਜਾਬੀ ਧੁਨੀਆਂ, ਸਵਰ, ਵਿਅੰਜਨ, ਨਾਸਕੀ ਸਵਰ, ਨਾਸਕੀ ਵਿਅੰਜਨ ਬਾਰੇ ਪੁੱਛਿਆ ਜਾਏਗਾ। 2 ਅੰਕਾਂ ਦੇ ਪ੍ਰਸ਼ਨ ਹੋਣਗੇ ਇਹਦੇ ਵਿੱਚ। ਪ੍ਰਸ਼ਨ ਨੰਬਰ 8, ਲਿਪੀ ਅਤੇ ਗੁਰਮੁਖੀ ਲਿਪੀ, ਵਰਨ ਜਾਂ ਅੱਖਰ ਮੁਕਤਾ, ਲਗਾਂ, ਬਿੰਦੀ, ਟਿੱਪੀ, ਅਧਿਕ ਦੀ ਵਰਤੋਂ ਬਾਰੇ ਬਹੁਤ ਛੋਟੇ ਉੱਤਰਾਂ ਵਾਲੇ 2 ਪ੍ਰਸ਼ਨ ਪੁੱਛੇ ਜਾਣਗੇ 2 ਅੰਕਾਂ ਦੇ। ਪ੍ਰਸ਼ਨ 9 ਦੇ 2 ਭਾਗ ਨੇ ਊੜਾ, 2 ਸ਼ਬਦ ਭੇਦ ਦੇ ਕੇ ਕਿਸੇ ਇੱਕ ਦੀ ਪਰਿਭਾਸ਼ਾ ਅਤੇ ਉਦਾਹਰਣ ਪੁੱਛੀ ਜਾਏਗੀ। ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਬਿਸਮਕ ਦੀਆਂ ਪਰਿਭਾਸ਼ਾ 2 ਅੰਕਾਂ ਦੇ ਹੋਣਗੇ। ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਪੁੱਛੀਆਂ ਜਾਣਗੀਆਂ, 2 ਅੰਕਾਂ ਦਾ ਆਪਣੇ ਕੋਲ ਇਹ ਪ੍ਰਸ਼ਨ ਹੋਏਗਾ। ਪ੍ਰਸ਼ਨ ਨੰਬਰ 10, ਕੋਈ ਇੱਕ ਵਾਕ ਦੇ ਕੇ ਉਸ ਵਿਚਲੇ ਨਾਮ, ਪੜਨਾਮ, ਸ਼ਬਦਾਂ ਦੇ ਵਚਨ ਅਤੇ ਲਿੰਗ ਬਦਲ ਕੇ 2 ਵੱਖਰੇ ਵੱਖਰੇ ਵਾਕਾਂ ਵਿੱਚ ਮੁੜ ਲਿਖਣ ਲਈ ਕਿਹਾ ਜਾਏਗਾ। ਇਹ ਵੀ ਆਪਣੇ ਕੋਲ ਹੋਏਗਾ 2 ਅੰਕ ਦਾ। ਪ੍ਰਸ਼ਨ ਨੰਬਰ 11, ਕੋਈ ਇੱਕ ਵਾਕ ਦੇ ਕੇ ਉਸਨੂੰ 2 ਵੱਖ ਵੱਖ ਕਾਲਾਂ ਵਿੱਚ ਬਦਲ ਕੇ ਮੁੜ ਲਿਖਣ ਲਈ ਕਿਹਾ ਜਾਏਗਾ। ਇਹ ਹੋਏਗਾ ਸਾਡੇ ਕੋਲ 4 ਨੰਬਰ ਦਾ। ਪ੍ਰਸ਼ਨ ਨੰਬਰ 12 ਦੇ 3 ਭਾਗ ਹੋਣਗੇ, ਪੁੱਤ ਊੜਾ, ਆੜਾ, ਈੜੀ। ਇੱਕ ਬਹੁ ਅਰਥਕ ਸ਼ਬਦ ਦੇ ਕੇ ਉਸਦੇ ਵੱਖਰੇ ਵੱਖਰੇ ਅਰਥਾਂ ਨੂੰ ਸਪਸ਼ਟ ਕਰਨ ਲਈ ਉਸਨੂੰ ਵਾਕਾਂ ਵਿੱਚ ਵਰਤਣ ਲਈ ਕਿਹਾ ਜਾਏਗਾ, 2 ਨੰਬਰ ਦਾ ਹੋਏਗਾ ਇਹ। ਇੱਕ ਸ਼ਬਦ ਦੇ ਕੇ ਉਸਦੇ ਸਮਾਨ ਅਰਥਕ ਸ਼ਬਦ ਲਿਖਣ ਲਈ ਕਿਹਾ ਜਾਏਗਾ, ਇਹ ਵੀ 2 ਅੰਕ ਦਾ ਹੋਏਗਾ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਾਂ ਇੱਕ ਸ਼ਬਦ ਦੇ ਕੇ ਉਸਦਾ ਵਿਰੋਧੀ ਸ਼ਬਦ ਪੁੱਛਿਆ ਜਾਏਗਾ, ਇਹ ਵੀ ਸਾਡੇ ਕੋਲ 2 ਅੰਕਾਂ ਦਾ ਹੋਏਗਾ। ਠੀਕ, ਤਾਂ ਇਸ ਤਰੀਕੇ ਨਾਲ ਇਹ ਜਿਹੜਾ ਪੇਪਰ ਹੈ ਤੁਹਾਡਾ 65 ਅੰਕ ਦਾ ਹੋਏਗਾ ਪੁੱਤ। ਠੀਕ, ਦੋਨੋਂ ਜਿਹੜੇ ਪੇਪਰ ਹੈਗੇ ਪੰਜਾਬੀ ਏ ਅਤੇ ਪੰਜਾਬੀ ਪੇਪਰ ਬੀ, 65 ਅੰਕਾਂ ਦੇ ਹੋਣਗੇ। 3 ਘੰਟੇ ਦਾ ਤੁਹਾਡੇ ਕੋਲ ਸਮਾਂ ਹੋਏਗਾ। ਠੀਕ ਹੈ ਬੇਟਾ, ਤਾਂ ਸਾਰੇ ਵਿਦਿਆਰਥੀ ਆਪਣੀ ਤਿਆਰੀ ਕਰੋ। ਇਹ ਪੇਪਰ ਪੈਟਰਨ ਸਤੰਬਰ ਪ੍ਰੀ ਬੋਰਡ ਅਤੇ ਫਾਈਨਲ ਪੇਪਰ ਦੇ ਲਈ ਸੇਮ ਰਹਿਣ ਵਾਲਾ। ਓਕੇ ਪੁੱਤ, ਧੰਨਵਾਦ।